ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ। ਕਿਵੇਂ ਹੋ ਜੀ ਤੁਸੀਂ ਸਾਰੇ? ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਅਤੇ ਰਾਜੀ ਖੁਸ਼ੀ ਹੋਵੋਗੇ ਜੀ। ਅਸੀਂ ਵੀ ਠੀਕ ਠਾਕ ਹਾਂ ਜੀ। ਇਹ ਆਪਾਂ ਅੱਜ ਧਰੀ ਹੋਈ ਹੈ ਜੀ ਮੂੰਗੀ ਦੀ ਦਾਲ, ਸਾਬਤ ਮੂੰਗੀ ਦੀ, ਹਰੀ ਮੂੰਗੀ। ਉਹਨੂੰ ਲਾ ਰਹੇ ਹਾਂ ਜੀ ਤੜਕਾ। ਜੀਰਾ ਪਾ ਲਿਆ, ਆਪਾਂ ਲਸਣ ਪਾ ਲਿਆ ਅਤੇ ਪਿਆਜ਼, ਟਮਾਟਰ ਅਤੇ ਹਰੀ ਮਿਰਚ ਲਈ ਹੈ ਜੀ। ਕੁਛ ਆਪਾਂ ਲਾਲ ਮਿਰਚ ਪਾ ਦਾਂਗੇ ਥੋੜ੍ਹੀ ਜੀ। ਆਪਣੀ ਸਾਰੀ ਯੂਟਿਊਬ ਫੈਮਿਲੀ ਨੂੰ ਹੈਪੀ ਦੁਸਹਿਰਾ ਜੀ। ਦੁਸਹਿਰੇ ਦੀਆਂ ਸਾਰਿਆਂ ਨੂੰ ਵਧਾਈਆਂ, ਸਾਰਿਆਂ ਦੀ ਖੁਸ਼ੀਆਂ ਲੈ ਕੇ ਆਉਣ ਜੀ ਤਿਉਹਾਰ, ਤੰਦਰੁਸਤੀਆਂ ਵਾਪਸ ਕਰਨ ਸਾਰਿਆਂ ਨੂੰ। ਨਾਲ ਆਪਾਂ ਆਟਾ ਗੁੰਨ ਲਾਂਗੇ ਜੀ। ਦਾਲ ਆਪਣੀ ਘੁਲ ਗਈ ਜੀ, ਬਿਲਕੁਲ ਹੀ ਬਣੀ ਪਈ ਹੈ। ਬਸ ਤੜਕਾ ਲਾ ਦਾਂਗੇ ਹੁਣ ਇਹਨੂੰ ਆਪਾਂ। ਨਾਲ ਆਪਾਂ ਗੁੰਨ ਲੈਂਦੇ ਹਾਂ ਜੀ ਆਟਾ। ਅੱਜ ਹੋ ਸਕਦਾ ਆਪਣੀ ਆਵਾਜ਼ ਘੱਟ ਆਵੇ ਜੀ, ਨਾਲ ਹੀ ਭਰੀ ਗਈ ਆਵਾਜ਼ ਅੱਜ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ, ਵੀਡੀਓ ਆਪਣੀ ਐਡਿਟ ਨਹੀਂ ਹੋ ਰਹੀ ਸੀ BNL 'ਤੇ, ਤਾਂ ਕਰਕੇ ਆਪਾਂ ਇਹ ਸਿੱਧੀ ਬਣਾ ਕੇ ਇਹ ਪਾ ਲਾਂਗੇ ਜੀ। ਉਹ ਐਪ 'ਤੇ ਜਾਣ ਦੀ ਲੋੜ ਨਹੀਂ ਹੈਗੀ। ਹੋਰ ਕਿਸੇ ਐਪ 'ਤੇ ਮੈਂ ਟਰਾਈ ਨਹੀਂ ਕਰਿਆ ਜੀ ਹਜੇ, BNL 'ਤੇ ਪਾਉਣੀ ਸੀ।
ਸਰਦੀ ਹੁੰਦੀ ਹੈ ਜਾਂ ਲੇਟ ਹੋ ਜਾਂਦੇ ਹਾਂ ਫਿਰ ਤਾਂ ਆਟਾ ਬਸ ਫਟਾਫਟ ਕਰਕੇ ਇਕੱਠਾ ਰੱਖ ਦਿੰਦੇ ਹਾਂ, 10 ਮਿੰਟ ਸੈੱਟ ਹੋ ਜੂਗਾ। ਜੇ ਟਾਈਮ ਹੁੰਦਾ ਤਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਗੁੰਨ ਲੈਂਦੇ ਹਾਂ। ਅਜੇ ਆਪਾਂ ਦਵਾਈ ਦੀਆਂ ਸਫਾਈਆਂ ਵੀ ਸ਼ੁਰੂ ਕਰਨੀਆਂ ਨੇ ਜੀ। ਹੁਣ ਦੁਸਹਿਰਾ ਲੰਘ ਗਿਆ, ਅੱਜ 1-2 ਦਿਨਾਂ ਤੱਕ ਸ਼ੁਰੂ ਕਰਾਂਗੇ ਜੀ। ਘਰ ਵੀ ਵੱਡਾ ਜੀ, ਫਿਰ ਹੌਲੀ ਹੌਲੀ 15 ਦਿਨ ਲੱਗ ਜਾਣਗੇ ਜੀ ਸਫਾਈਆਂ ਕਰਦੇ ਨੂੰ ਸਾਰੇ। ਹੌਲੀ ਹੌਲੀ ਕਰ ਲੈਂਦੇ ਹੁੰਦੇ ਹਾਂ ਜੀ ਆਪਾਂ, ਥੋੜ੍ਹਾ ਥੋੜ੍ਹਾ ਕਰਕੇ, ਇਕੱਠਾ ਨਹੀਂ ਬਣਦਾ। ਇੱਕ ਗਰਮੀ ਹੈ ਜੀ ਐਤਕੀ, ਇੱਧਰ ਦੁੱਧ ਨੂੰ ਉਬਾਲੀ ਆਪਾਂ ਦੇ ਲਈਏ। ਆਹ ਦੇਖੋ ਜੀ ਡੱਬੇ, ਠੰਡ ਹਜੇ ਸ਼ੁਰੂ ਨਹੀਂ ਹੋਈ, ਡੱਬੇ ਆਉਣੇ ਪਹਿਲਾਂ ਸ਼ੁਰੂ ਹੋ ਗਏ। ਸਿਆਲੋ ਸਿਆਲ ਮਿੱਠਾ ਚੱਲਦਾ ਜੀ, ਮਿੱਠਾ ਖਾ ਖਾ ਫਿਰ ਮੋਟੇ ਹੋ ਜਾਂਦੇ ਆ ਜੀ, ਜ਼ਿਆਦਾ ਮਿੱਠਾ ਨਹੀਂ ਵੀ ਖਾਧਾ ਜਾਂਦਾ। ਇਹਦੇ ਉੱਤੇ ਥੋੜ੍ਹਾ ਜਿਹਾ ਪਾਣੀ ਰੱਖ ਲੈਂਦੇ ਜੀ ਆਪਾਂ। ਜੇ ਜ਼ਰੂਰਤ ਪਈ ਇਹਦੇ ਵਿੱਚ ਪਾਉਣ ਦੀ ਗਰਮ ਹੋ ਜਾਏਗਾ। ਇਹ ਪਈ ਹੈ ਜੀ ਖੀਰ, ਸਵੇਰੇ ਬਣਾਈ ਸੀ ਆਪਾਂ, ਅੱਜ ਦੁਸਹਿਰੇ ਕਰਕੇ ਗੁਰਦੁਆਰਾ ਸਾਹਿਬ ਭੇਜੀ ਸੀ, ਠੰਡੀ ਪਈ ਸੀ ਜੀ, ਬਾਹਰ ਕੱਢ ਲਈ ਆਪਾਂ, ਜ਼ਿਆਦਾ ਠੰਡੀ ਹੈ। ਠੀਕ ਜੀ ਰੱਖਦੇ ਹੁੰਦੇ ਹਾਂ ਜੀ ਦਾਲ ਆਪਾਂ, ਜ਼ਿਆਦਾ ਗਾੜੀ ਜੀ ਨਹੀਂ ਵਧੀਆ ਲੱਗਦੀ। ਦਾਲ ਆਪਾਂ ਇੱਧਰਲੇ ਗੈਸ 'ਤੇ ਕਰ ਦਿੰਦੇ ਹਾਂ ਜੀ, ਸਿਮ 'ਤੇ ਕਰਕੇ 2 ਮਿੰਟ ਹੋਰ ਸੇਕ ਲਵਾ ਦਿੰਦੇ ਇਹਨੂੰ ਆਪਾਂ।
ਆਪਾਂ ਬਣਾ ਲੈਂਦੇ ਹਾਂ ਜੀ ਰੋਟੀ, ਰੋਟੀ ਬਣਾਉਣ ਨੂੰ ਟਾਈਮ ਲੱਗੂਗਾ। ਜੇਕਰ ਤੁਹਾਨੂੰ ਵੀਡੀਓ ਥੋੜ੍ਹੀ ਜਿਹੀ ਵੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਜੇ ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਅੱਜ ਦੀ ਵੀਡੀਓ ਇੱਥੇ ਤੱਕ ਹੈ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਆ ਜੀ।